बच्चों आ सारा पेपर विद द सोल्यूशन अज आपां इस विच देखांगे। सारा पेपर सोल्व होएगा, बस वीडियो नूं एंड तक देखना है। चलो आपां स्टार्ट करते हैं वीडियो नूं। ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਮਾਤ ਜਿਹੜਾ ਕਿ 6ਵੀਂ ਵਾਲਿਆਂ ਦਾ ਹਿੰਦੀ ਵਿਸ਼ੇ ਦੇ ਪੇਪਰ ਮੋਸਟ ਇੰਪੋਰਟੈਂਟ ਕੁਐਸਚਨ ਦੇਖਾਂਗੇ ਬੱਚਿਓ 6th ਕਲਾਸ ਦੇ ਜਿਹੜਾ ਕਿ ਬਹੁਤ ਇੰਪੋਰਟੈਂਟ ਪੇਪਰ ਹੈਗਾ। ਸਕਿੱਪ ਨਾ ਕਰਿਓ, ਅਗਰ ਤੁਸੀਂ ਸਕਿੱਪ ਕਰ ਦਿੰਦੇ ਹੋ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਕਿਸ ਦਾ ਆਨਸਰ ਕੀ ਬੋਲਿਆ ਸੀਗਾ। ਤਾਂ ਹੁਣ ਫੋਨ ਨੂੰ ਛੱਡ ਕੇ 10 ਮਿੰਟ ਦੀ ਵੀਡੀਓ ਹੋਏਗੀ ਤਾਂ ਉਸਦੇ ਵਿੱਚ ਤੁਸੀਂ ਆਪਣੀ ਤਿਆਰੀ ਕਰਨੀ ਹੈ। ਤੁਹਾਡਾ ਪੇਪਰ ਕੱਲ੍ਹ ਹੀ ਹੈਗਾ ਹੈ, ਤਾਂ ਮੈਂ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਲਾਈਕ ਕਰਕੇ ਸੇਵ ਕਰਕੇ ਰੱਖ ਲਓ, ਸਬਸਕ੍ਰਾਈਬ ਕਰ ਲਿਓ। ਅਤੇ ਜੇਕਰ ਤੁਸੀਂ ਪਰਸਨਲ ਟਿਊਸ਼ਨ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਨੀਚੇ ਪੇਡ ਮੈਂਬਰਸ਼ਿਪ ਹੈਗੀ ਆ, ਮੈਂਬਰਸ਼ਿਪ 'ਤੇ ਜਾ ਕੇ ਜੁਆਇਨ ਕਰ ਲਓ ਬਟਨ ਨੂੰ, ਅਤੇ ਤੁਸੀਂ ਉਸਦੇ ਨਾਲ ਕੀ ਆ ਮੇਰੇ ਨਾਲ ਪਰਸਨਲੀ ਕੰਟੈਕਟ ਕਰ ਸਕਦੇ ਹੋ ਵਟਸਐਪ 'ਤੇ ਜਾਂ ਕਾਲ 'ਤੇ। ਆਪਾਂ ਸਟਾਰਟ ਕਰਦੇ ਹਾਂ ਪੇਪਰ ਨੂੰ। ਨਿਮਨ ਲਿਖਤ ਬਹੁ ਵਿਕਲਪੀ ਪ੍ਰਸ਼ਨੋ ਕੇ ਉੱਤਰ ਲਿਖੇ, ਮਿੱਤਰ ਸ਼ਬਦ ਮੇਂ ਕੌਨ ਸੀ ਮਾਤਰਾ ਕਾ ਉਪਯੋਗ ਹੁਆ ਹੈ, ਤਾਂ ਇਸਦਾ ਰਾਈਟ ਜਿਹੜਾ ਕਿ ਆਨਸਰ ਹੈਗਾ ਹੈ ਆਪਸ਼ਨ ਏ, ਠੀਕ ਹੈ, ਈ ਮਾਤਰਾ ਕਾ। ਨੈਕਸਟ ਕੁਸ਼ਚਨ ਹੈਗਾ ਆ ਕੀ ਮਾਤਰਾ ਵਾਲਾ ਸ਼ਬਦ ਚੁਣ ਕਰ ਲਿਖੇ, ਤਾਂ ਆ ਕੀ ਮਾਤਰਾ ਵਾਲਾ ਸ਼ਬਦ ਕਿਹੜਾ ਹੁੰਦਾ ਇਹਦੇ ਵਿੱਚ? ਆਮ। ਨੈਕਸਟ ਕੁਸ਼ਚਨ ਦੇਖ ਲੈਂਦੇ ਬੱਚੋ, ਬਹੁਤ ਇੰਪੋਰਟੈਂਟ ਪੇਪਰ ਹੈਗਾ, ਸਕਿੱਪ ਨਾ ਕਰਿਓ ਇੱਕ ਮਿੰਟ ਲਈ ਵੀ। ਨੈਕਸਟ ਕੁਸ਼ਚਨ ਹੈਗਾ ਬੱਚੋ, ਬੱਚਾ ਸ਼ਬਦ ਕਾ ਸਹੀ ਵਚਨ ਲਓ, ਤਾਂ ਬੱਚੋ ਦਾ ਕਿਆ ਹੈਗਾ? ਬੱਚੇ, ਠੀਕ ਹੈ। ਨੈਕਸਟ ਕੁਸ਼ਚਨ ਹੈਗਾ ਲਾਲਚ ਪਲੱਸ ਈ ਕੀ ਮਾਤਰਾ ਲਾਲਚੀ, ਠੀਕ ਹੈ, ਤਾਂ ਘ ਆਪਸ਼ਨ ਰਾਈਟ ਆਨਸਰ ਹੈ। ਨੈਕਸਟ ਹੈਗਾ ਲੇਖਕ ਸ਼ਬਦ ਕਾ ਇਸਤਰੀ ਲਿੰਗ, ਲੇਖਕ ਦਾ ਇਸਤਰੀ ਲਿੰਗ ਕਿਹੜਾ ਹੋਊਗਾ? ਲੇਖਿਕਾ। ਨੈਕਸਟ ਹੈਗਾ ਤਯਮ ਸੰਯੁਕਤ ਅਕਸ਼ਰ ਸੇ ਨਿਆ ਸ਼ਬਦ ਚੁਣਕਰ ਬਣਾਏ, ਤਾਂ ਇਹਦਾ ਕੀ ਆਏਗਾ ਆਪਸ਼ਨ? ਆਤਮਾ। ਦੇਖੋ ਆਤਮਾ ਤਾਂ ਉਹ ਰੱਦਾ ਲੱਗਿਆ ਹੋਇਆ ਨਾ। ਨੈਕਸਟ ਕੁਸ਼ਚਨ ਆ ਜਾਂਦਾ ਬੱਚਾ ਮਨੁੱਜ ਸ਼ਬਦ ਕਾ ਪ੍ਰਾਇਵਾਚੀ ਸ਼ਬਦ ਚੁਣਕਰ ਬਤਾਏ, ਤਾਂ ਮਨੁੱਜ ਕਾ ਪ੍ਰਾਇਵਾਚੀ ਸ਼ਬਦ ਕੀ ਹੋਏਗਾ ਬੱਚਿਓ? ਤਾਂ ਮਨੁੱਜ ਦਾ ਹੋਏਗਾ ਮਨੁਸ਼, ਤਾਂ ਮਨੁਸ਼ ਇਜ਼ ਦਾ ਰਾਈਟ ਆਪਸ਼ਨ ਹੈਗਾ। ਨੈਕਸਟ ਕੁਸ਼ਚਨ ਹੈਗਾ ਰਾਗ ਗਾ ਅਕਸ਼ਰੋ ਕੇ ਕਹੀ ਸਹੀ ਕ੍ਰਮ ਮੇਂ ਲਗਾ ਕਰ ਸਾਰਥਕ ਸ਼ਬਦ ਬਣਾਓ, ਤਾਂ ਰਾਬ ਗਿਆ ਕਾ ਜਿਹੜਾ ਕਿ ਸਹੀ ਹੈ ਤਾਂ ਘਬਰਾਇਆ, ਤਾਂ ਇਸਦਾ ਰਾਈਟ ਆਂਸਰ ਕੀ ਹੋਏਗਾ? ਘਬਰਾਇਆ। ਨੈਕਸਟ ਹੈਗਾ ਨਿਮਨ ਲਿਖਤ ਬਹੁ ਵਿਕਲਪ ਪ੍ਰਸ਼ਨੋ ਕੇ ਉੱਤਰ ਲਿਖੀਏ, ਬੱਚੋ ਨੇ ਭਗਵਾਨ ਸੇ ਕੌਣ ਕੌਣ ਸੇ ਸੰਬੰਧ ਜੋੜੇ ਹੈ, ਮਾਤਾ ਪਿਤਾ ਭਾਈ ਬੰਧੂ ਸਕਾ ਇਹ ਸਭੀ, ਜਾਂ ਯੇ ਸਭੀ ਇਸਦਾ ਰਾਈਟ ਆਂਸਰ ਹੈ। ਵਰਸ਼ੋ ਕੇ ਬਾਅਦ ਪ੍ਰਕਿਰਤੀ ਕੈਸੀ ਦਿਖਾਈ ਦੇਤੀ ਹੈ, ਵਰਸ਼ੋ ਕੇ ਬਾਅਦ ਪ੍ਰਕਿਰਤੀ ਕੈਸੀ ਦਿਖਾਈ ਦੇਤੀ ਹੈ? ਹਰੀ ਭਰੀ। ਨੈਕਸਟ ਹੈਗਾ ਸੂਰਜ ਕਿਸ ਦਿਸ਼ਾ ਮੇਂ ਛਿਪਤਾ ਹੈ, ਤਾਂ ਸੂਰਜ ਕਿਸ ਦਿਸ਼ਾ ਮੇਂ ਛਿਪਤਾ ਹੈ? ਪੱਛਮ। ਨੈਕਸਟ ਕੁਸ਼ਚਨ ਹੈਗਾ ਬੱਚੋ ਚਿੜੀਆ ਕੇ ਘਰ ਕਾ ਆਕਾਰ ਸਭਸੇ ਪਹਿਲੇ ਕੈਸਾ ਥਾ, ਤਾਂ ਚਿੜੀਆ ਕੇ ਘਰ ਕਾ ਆਕਾਰ ਸਭਸੇ ਪਹਿਲੇ ਕੈਸਾ ਥਾ? ਅੰਡੇ ਜੈਸਾ, ਤਾਂ ਇਸਦਾ ਰਾਈਟ ਆਪਸ਼ਨ ਕਿਹੜੀ ਹੈਗੀ ਹੈ? ਅੰਡੇ ਜੈਸਾ। ਨਿਮਨ ਲਿਖਤ ਬਹੁ ਵਿਕਲਪੀ ਪ੍ਰਸ਼ਨੋ ਕੇ ਉੱਤਰ ਲਿਖੀਏ, ਆਸਮਾਨ ਸ਼ਬਦ, ਠੀਕ ਹੈ। ਨੈਕਸਟ ਕੁਸ਼ਚਨ ਹੈਗਾ ਹੈ ਆਸਮਾਨ ਸ਼ਬਦ ਕਾ ਇਹਦਾ ਆਨਸਰ ਕੀ ਆਏਗਾ? ਆਕਾਸ਼। ਨੈਕਸਟ ਹੈਗਾ ਸੰਕੇਤ ਸ਼ਬਦ ਕਾ ਅਰਥ ਚੁਣਕਰ ਲਿਖੀਏ, ਤਾਂ ਸੰਕੇਤ ਦਾ ਕੀ ਹੁੰਦਾ ਹੈ? ਇਸ਼ਾਰਾ। ਨੈਕਸਟ ਹੈਗਾ ਪਾਠਸ਼ਾਲਾ ਸ਼ਬਦ ਕਾ ਅਰਥ ਚੁਣਕਰ ਲਿਖੀਏ, ਪਾਠਸ਼ਾਲਾ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ, ਆਪਾਂ ਸਕੂਲ ਨੂੰ ਕਹਿੰਦੇ ਹਾਂ। ਹੁਣ ਨੈਕਸਟ ਦੇਖੋ ਪਾਠ ਜਿਹੜਾ ਕਿ ਤੁਹਾਡਾ ਸਟਾਰਟ ਹੋ ਜਾਂਦਾ ਉਹ ਹੈਗਾ ਨਿਮਨ ਲਿਖਤ ਪਦਿਆਂਸ਼ ਕੋ ਪੜ੍ਹ ਕਰ ਪ੍ਰਸ਼ਨੋ ਕੇ ਉੱਤਰ ਦੀਜੀਏ, ਪੂਰਵ ਦਿਸ਼ਾ ਸੇ ਨਿਕਲਾ ਸੂਰਜ ਉਜਿਆਰਾ ਫੈਲਾਤਾ ਹੈ, ਸੁਬਹਾ ਸਵੇਰੇ ਉੱਠਨੇ ਕਾ ਸੰਦੇਸ਼ ਲੈ ਕਰ ਆਤਾ ਹੈ। ਤਾਂ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ, ਹੁਣ ਕਿਹਾ ਸੂਰਜ ਕਿਸ ਦਿਸ਼ਾ ਸੇ ਨਿਕਲਤਾ ਹੈ, ਸੂਰਜ ਪੂਰਵ ਦਿਸ਼ਾ ਸੇ ਨਿਕਲਤਾ ਹੈ, ਸੂਰਜ ਕੇ ਨਿਕਲਨੇ ਪਰ ਕਿਆ ਫੈਲ ਜਾਤਾ ਹੈ, ਸੂਰਜ ਕੇ ਨਿਕਲਨੇ ਪਰ ਉਜਿਆਰਾ ਫੈਲ ਜਾਤਾ ਹੈ, ਸੂਰਜ ਕਿਆ ਸੰਦੇਸ਼ ਲੈ ਕਰ ਆਤਾ ਹੈ, ਤਾਂ ਸੂਰਜ ਕਿਆ ਸੰਦੇਸ਼ ਲੈ ਕਰ ਆਤਾ ਹੈ, ਤਾਂ ਉਹ ਤੁਸੀਂ ਲਿਖਣਾ ਹੈ। ਹੁਣ ਨੈਕਸਟ ਕੁਸ਼ਚਨ ਬੱਚੋ ਜਿਹੜਾ ਆ ਜਾਂਦਾ ਉਜਿਆਰਾ ਔਰ ਸੰਦੇਸ਼ਾ ਸ਼ਬਦ ਕੇ ਅਰਥ, ਉਜਿਆਰਾ ਮਤਲਬ ਹੋਤਾ ਹੈ ਰੋਸ਼ਨੀ, ਸੰਦੇਸ਼ਾ ਮਤਲਬ ਹੋਤਾ ਹੈ ਸੰਕੇਤ, ਯੇ ਪੰਕਤੀਆਂ ਕਿਸ ਕਵਿਤਾ ਮੇਂ ਸੇ ਲੀ ਗਈ ਹੈ, ਤਾਂ ਉਹ ਤੁਸੀਂ ਦੱਸਣੀਆਂ ਨੇ। ਨੈਕਸਟ ਹੈਗਾ ਨਿਮਨ ਲਿਖਤ ਪ੍ਰਸ਼ਨੋ ਕੇ ਉੱਤਰ ਨਿਰਦੇਸ਼ਾ ਅਨੁਸਾਰ ਲਿਖੀਏ, ਪ੍ਰਧਾਨ ਪਲੱਸ ਮੰਤਰੀ ਕਾ ਨਿਆ ਸ਼ਬਦ ਬਣਾਏ, ਤਾਂ ਪ੍ਰਧਾਨ ਪਲੱਸ ਮੰਤਰੀ ਕਾ ਕਿਆ ਬਣੇਗਾ? ਪ੍ਰਧਾਨ ਮੰਤਰੀ। ਨੈਕਸਟ ਕੁਸ਼ਚਨ ਹੈਗਾ ਆਜ ਡੈਸ਼ ਕਾ ਯੁੱਗ ਹੈ, ਤਾਂ ਅੱਜ ਕਿਹਦਾ ਯੁੱਗ ਹੈ? ਮਹਿੰਗਾਈ ਕਾ। ਨੈਕਸਟ ਅਗਲਾ ਸ਼ਬਦ ਕਾ ਵਿਪਰੀਤ ਸ਼ਬਦ ਪਿਛਲਾ ਹੈ, ਤਾਂ ਅਗਲੇ ਦਾ ਪਿਛਲਾ ਤਾਂ ਇਹ ਸਹੀ ਆ। ਅਸੁਰੂ ਸ਼ਬਦੋਂ ਅਕਸ਼ਰੋ ਕੇ ਉਚਿਤ ਕ੍ਰਮ ਮੇਂ ਰੱਖਕਰ ਸਾਰਥਕ ਸ਼ਬਦ ਬਣਾਏ, ਤਾਂ ਇਹਦਾ ਕਿਆ ਬਣੇਗਾ? ਸੂਰਜ। ਨੈਕਸਟ ਕੁਸ਼ਚਨ ਜਿਹੜਾ ਬੱਚੋ ਹੈਗਾ ਉਹ ਹੈਗਾ ਹੈ, ਨੈਕਸਟ ਹੈਗਾ ਹੈ ਵਹਿ ਬਹੁਤ ਇਮਾਨਦਾਰ ਹੈ, ਬਚਨ ਬਦਲ ਕਰ ਦੁਆਰਾ ਲਿਖੇ, ਵਹਿ ਬਹੁਤ ਇਮਾਨਦਾਰ ਥੇ, ਇਮਾਨਦਾਰ। ਅਨਿਮਨ ਲਿਖਤ ਪ੍ਰਸ਼ਨੋ ਕੇ ਉੱਤਰ ਨਿਰਜਾ ਅਨੁਸਾਰ ਲਿਖੀਏ, ਲੜਕਾ ਸ਼ਬਦ ਕਾ ਇਸਤਰੀ ਲਿੰਗ ਲੜਕੀ, ਤਾਂ ਇੱਥੇ ਕੀ ਆਏਗਾ?
लड़की। नेक्स्ट आगा फिर मेरा घर बना घोंसला। नेक्स्ट आगा दर्शक शब्द में रैफ का प्रयोग हुआ है तो यह तुसी दसना सही है गलत। अच्छा शब्द का विपरीत अच्छे तो इनू एवें करके तुसी अच्छे पाना है। नेक्स्ट है खिलाड़ी शब्द का बहुवचन खिलाड़ी, खिलाड़ी का खिलाड़ी ही रहेगा। भाग ख स्टार्ट हो जाता हूँ क्वेश्चन ने, हरेक क्वेश्चन का आंसर दिखाया जाएगा। वीडियो नू ध्यान नाल देखना है, पहले मैं 8 दे 8 क्वेश्चन रीड कर दिंदी हां, फिर असी 8 ही क्वेश्चन के आंसर देखेंगे। पहला क्वेश्चन है कपिल मुनि के आश्रम का क्या नाम था, बच्चे किनकी आहें मिटाना चाहते हैं, लाल बहादुर शास्त्री जी का जन्म कब हुआ और कहाँ हुआ था, शंकर धन कमाने के लिए गाँव से कहाँ गया था, इंद्रधनुष कविता में बादलों का रंग कैसा बताया गया था, चिड़िया का घोंसला किस चीज़ से बना हुआ था, साइकिल का आविष्कार कब और किसने किया था, सूरज निकलने पर क्या फैल जाता है, कबड्डी की दोनों टीमों के क्या नाम थे। चलो आप देखते हैं हूँ इन्हों के आंसर। तो हूँ तुम देख सकते हो कपिल मुनि के आश्रम का क्या नाम था, कपिल मुनि के आश्रम का नाम मुक्तसर आश्रम था। ठीक है, इन्हें स्पैलिंग नोट कर लो, सारे अक्षर नोट कर लो, बहुत इंपॉर्टेंट पेपर है बच्चों थोड़ा। ठीक है, उस तो अगे नैक्सट क्वेश्चन है गए, बच्चे किन की आहें मिटाना चाहते हैं, बच्चे दीन दुखियों की आहें मिटाना चाहते हैं। नेक्स्ट क्वेश्चन है गए बच्चों, लाल बहादुर शास्त्री जी का जन्म कब और कहाँ हुआ था। तो इस तरीके दे नाल तुसी नोट कर सकते हो, लाल बहादुर शास्त्री जी का जन्म 2 अक्टूबर 1904 को बनारस के कस्बे में हुआ था। नेक्स्ट क्वेश्चन जेड़ा कि हैगा बहुत ही इंपॉर्टेंट है, सारे क्वेश्चन ध्यान नाल देखते रहो। शंकर धन कमाने के लिए गांव से कहाँ गया था, शंकर धन कमाने के लिए गांव से नगर की ओर गया था। नेक्स्ट क्वेश्चन हैगा बच्चों, इंद्रधनुष का आकार कैसा होता है, इंद्रधनुष का आकार अधरवर्त आधा गोले के मान होता है। नेक्स्ट क्वेश्चन स्टार्ट हो गया बच्चों जेड़ा कि थोड़ा, साइकिल का आविष्कार किसने और कब किया था। साइकिल का आविष्कार 1839 में स्कॉटलैंड के लोहार मैकमिल ने किया। नेक्स्ट क्वेश्चन है सूरज के निकलने पर क्या फैल जाता है, सूरज के निकलने पर उजियारा फैल जाता है। उस तो अगे जेड़ा कि बच्चों नेक्स्ट क्वेश्चन आ जाता, कबड्डी की दोनों टीमों के क्या नाम थे, कबड्डी की दोनों टीमों के नाम सरोजनी और सदन तथा लक्ष्मी बाई थे, सदन थे। तो इस दे तरीके दे हुण तुसीं अपने क्वेश्चन देख सकते हो, देख सकते हो कि आपां इत्थे तो लैके असी कबड्डी तक दे मैं क्वेश्चन तुहानू दिखा दिते हैं। हुण आपां नैक्सट क्वेश्चन देखांगे, निम्नलिखित प्रश्नों में से किन्हीं 3 प्रश्नों के उत्तर 3 या 4 पंक्तियों में लिखें। नेक्स्ट है निम्नलिखित प्रश्नों में से किन्हीं 3, मुनि ने सबसे बड़ा धन किसे कहा है। तो हुण आपां इसका आंसर देखते हैं, मुनि ने सबसे बड़ा धन किसे कहा है, मुनि ने सबसे बड़ा धन स्वास्थ्य शरीर को कहा है। उसने राहुल को समझाते हुए कहा कि इस शरीर से मेहनत करके कमा कर खाए, इससे ही उसे जीवन भर सुख प्राप्त होगा। हुण नेक्स्ट क्वेश्चन देखो बच्चों, केड़ा पूछा गया है पेपर दे विच, लाल बहादुर शास्त्री जी के जीवन से हमें क्या प्रेरणा मिलती है। तो हुण आपां देखदे आं आंसर इसका, लाल बहादुर शास्त्री जी के जीवन से हमें क्या प्रेरणा मिलती है। तो लाल बहादुर शास्त्री जी के जीवन से हमें प्रेरणा मिलती है कि हमें हमेशा अपने सिद्धांतों पर अड़िंग रहना चाहिए, कभी उनसे समझौता नहीं करना चाहिए और अपने हित का बलिदान कर देश के हित के लिए तैयार रहना चाहिए। नेक्स्ट क्वेश्चन हैगा बच्चों, निम्नलिखित किन्हीं 3 पंजाबी शब्दों का हिंदी में अनुवाद करें। तो इधर देख दो, हाथ तक ही आएगा हाथ, तो इधर लिखा जाएगा पेपर दे विच, आज्ञा का आएगा आज्ञा, सॉरी इतने ग आएगा। नेक्स्ट आएगा समा, समय का किदा आएगा समा। मेहनत का आएगा मनु लावांगे मेहनत, पेट्रोल, इन्होंने 3 पूछे थे 4 करते। अगे नेक्स्ट है निम्नलिखित में से किसी एक पंजाबी वाक्य का हिंदी में अनुवाद करें।
ਉਹ ਸਕੂਲ ਜਾਂਦਾ ਹੈ ਵਹ ਸਕੂਲ ਜਾਤਾ ਹੈ ਠੀਕ ਹੈ ਉਸ ਤੋਂ ਅੱਗੇ ਹੁਣ ਨੈਕਸਟ ਕੁਐਸਚਨ ਹੈਗਾ ਨਿਮਨਲਿਖਿਤ ਮੇਂ ਸੇ ਕਿਨੀ ਦੋ ਮੁਹਾਵਰੋਂ ਕਾ ਸ਼ਬਦ ਕਾ ਵਾਕਯ ਮੇਂ ਪ੍ਰਯੋਗ ਕਰੇ ਨਾਨੀ ਯਾਦ ਆਨਾ ਨਾਨੀ ਯਾਦ ਆਨਾ ਮਤਲਬ ਆਪਣਾ ਘਰ ਯਾਦ ਆ ਜਾਣਾ ਇੱਕ ਮਤਲਬ ਕਿਸੇ ਕੇ ਕਿਸੇ ਕੋ ਯਾਦ ਕਰਵਾਉਣਾ ਜੀਵਨ ਲੀਲਾ ਸਮਾਪਤ ਹੋਣਾ ਮਰ ਜਾਣਾ ਸਾਈਕਲ ਜਾਂ ਪ੍ਰਕਿਰਤੀ ਜਾਂ ਆਹੇ ਮਿਟਾਉਣਾ ਠੀਕ ਹੈ ਇਹਨਾਂ ਦੇ ਸ਼ਬਦਾਂ ਦੇ ਤੁਸੀਂ ਵਾਕਯ ਬਣਾਉਣੇ ਆ ਨੈਕਸਟ ਹੈਗਾ ਬਿਮਾਰੀ ਕੇ ਅਵਕਾਸ਼ ਲੈਣੇ ਕੇ ਲੀਏ ਆਪਣੇ ਵਿਦਿਆਲਿਆ ਕੋ ਪ੍ਰਧਾਨਾਚਾਰਿਆ ਕੋ ਪ੍ਰਾਰਥਨਾ ਪੱਤਰ ਲਿਖੀਏ ਜਾਂ ਸੈਕਸ਼ਨ ਬਦਲਣੇ ਕੇ ਲਈ ਆਪਣੇ ਵਿਦਿਆਲਿਆ ਕੇ ਪ੍ਰਧਾਨਾਚਾਰਿਆ ਕੋ ਪੱਤਰ ਲਿਖੀਏ ਚਲੋ ਮੈਂ ਦੋਨਾਂ ਤੁਹਾਨੂੰ ਐਪਲੀਕੇਸ਼ਨਾਂ ਦਿਖਾ ਦਿੰਦੀ ਹਾਂ ਬੱਚਿਓ ਅਗਰ ਤੁਹਾਡੇ ਲਈ ਮੈਂ ਇੰਨੀ ਮਿਹਨਤ ਕੀਤੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਚਾਹੇ ਚੰਗਾ ਬੁਰਾ ਕਿਉਂਕਿ ਤੁਹਾਡੇ ਲਈ ਹਰ ਇੱਕ ਪੇਪਰ ਦਾ ਸਲਿਊਸ਼ਨ ਲੈ ਕੇ ਆਉਂਦੀ ਹੈ ਤੁਸੀਂ ਥੈਂਕ ਯੂ ਜ਼ਰੂਰ ਲਿਖਿਆ ਕਰੋ ਔਰ ਨੀਚੇ ਜੁਆਇਨ ਕਰ ਲਓ ਟੈਲੀਗ੍ਰਾਮ ਚੈਨਲ ਨੂੰ ਅਤੇ ਮੈਂਬਰਸ਼ਿਪ ਜ਼ਰੂਰ ਜੁਆਇਨ ਕਰਿਓ ਠੀਕ ਹੈ ਜਿਹੜੇ ਬੱਚਿਆਂ ਨੂੰ ਬਹੁਤ ਹੀ ਜ਼ਰੂਰਤ ਹੈਗੀ ਆ ਜੁਆਇਨ ਕਰਨ ਦੀ ਆਪਕਾ ਆਗਿਆਕਾਰੀ ਸ਼ਿਕਸ਼ਕ ਅਮਨਪ੍ਰੀਤ ਸਿੰਘ ਛੱਟੀ ਸ਼੍ਰੇਣੀ ਏ ਦਿਨਾਂਕ ਹੁਣ ਆਪਾਂ ਦੇਖਦੇ ਸੈਕਸ਼ਨ ਬਦਲਣੇ ਕੇ ਲਈ ਸੇਵਾ ਮੇਂ ਮੁੱਖ ਅਧਿਆਪਕ ਜੀ ਇੱਥੇ ਤੁਸੀਂ ਆਪਣੇ ਸਕੂਲ ਦਾ ਨਾਮ ਲਿਖਣਾ ਹੈ ਅੱਗੇ ਡੈਸ਼ ਨਗਰ ਲਿਖਣਾ ਹੈ ਸ਼੍ਰੀਮਤੀ ਜੀ ਸੇਵਾ ਮੇਂ ਨਿਵੇਦਨ ਹੈ ਕਿ ਆਪਕੇ ਸਕੂਲ ਮੇਂ ਮੇਰੇ ਚਾਚਾ ਜੀ ਕੀ ਲੜਕੀ ਸੁਮਿਸਮਤਾ ਵੀ ਛੱਟੀ ਸ਼੍ਰੇਣੀ ਮੇਂ ਪੜ੍ਹਤੀ ਹੈ ਹਮ ਏਕ ਹੀ ਮਕਾਨ ਮੇਂ ਰਹਿਤੇ ਹੈ ਔਰ ਮਿਲਕਰ ਪੜ੍ਹਤੇ ਹੈ ਲੇਕਿਨ ਦੋਨੋਂ ਕਾ ਅਲੱਗ ਅਲੱਗ ਸੈਕਸ਼ਨ ਹੋਣੇ ਕੇ ਕਾਰਨ ਹਮੇਂ ਬਹੁਤ ਕਠਿਨਾਈ ਹੋਤੀ ਹੈ ਇਸ ਲਈ ਆਪਸੇ ਪ੍ਰਾਰਥਨਾ ਹੈ ਕਿ ਹਮੇਂ ਦੋਨੋਂ ਕੋ ਏਕ ਹੀ ਸੈਕਸ਼ਨ ਮੇਂ ਕਰਨੇ ਕੀ ਕਿਰਪਾ ਕਰੇ ਤਾਂ ਕਿ ਹਮ ਆਸਾਨੀ ਸੇ ਮਿਲਕਰ ਪੜ੍ਹ ਸਕੇ ਚਲੋ ਬੱਚੇ ਹੁਣ ਤੁਸੀਂ ਖੁਦ ਰੀਡ ਕਰੋ ਮੈਂ ਤੁਹਾਨੂੰ 2 ਮਿੰਟ ਦਾ ਟਾਈਮ ਦਿੰਦੀ ਹਾਂ ਜਲਦੀ ਖੁਦ ਰੀਡ ਕਰੋ ਤੁਸੀਂ ਟਾਈਮ ਨਹੀਂ ਵੇਸਟ ਕਰਨਾ ਹੈਗਾ ਅਗਰ ਮੈਂ ਰੀਡ ਕਰਨ ਨੂੰ ਕਿਹਾ ਰੀਡ ਹੀ ਕਰਨਾ ਹੈ ਸਕਿੱਪ ਨਹੀਂ ਕਰਨੀ ਹੈਗੀ ਵੀਡੀਓ ਬੱਚੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਨਾਲ ਦੀ ਨਾਲ ਹੀ ਪੜ੍ਹ ਲਓ ਤਾਂ ਜੋ ਤੁਹਾਨੂੰ ਅੱਗੇ ਹੋਰ ਵੀ ਜਿਹੜੇ ਸੈਂਪਲ ਪੇਪਰ ਇਸ ਚੈਨਲ 'ਤੇ ਅਪਲੋਡ ਪਏ ਨੇ ਹਿੰਦੀ ਦੇ ਉਹਨਾਂ ਨੂੰ ਵੀ ਧਿਆਨ ਨਾਲ ਦੇਖ ਕੇ ਪੜ੍ਹ ਲਿਓ ਠੀਕ ਹੈ ਅੱਗੇ ਹੁਣ ਦੇਖੋ ਨੈਕਸਟ ਹੈਗਾ ਕੁਐਸਚਨ ਆ ਜਾਂਦਾ ਨਿਮਨਲਿਖਿਤ ਮੇਂ ਸੇ ਕਿਨੀ ਏਕ ਵਿਸ਼ੇ ਪਰ ਲੇਖ ਲਿਖੇ ਮੇਰਾ ਪਰਿਚੇ ਮੇਰਾ ਸਕੂਲ ਮੇਰਾ ਗਾਓਂ ਤਾਂ ਇਹਨਾਂ ਦੋਨਾਂ ਵਿੱਚੋਂ ਇੱਕ ਕਰਨਾ ਹੈ ਚਲੋ ਮੈਂ ਇੱਕ ਦਿਖਾ ਦਿੰਦੀ ਹਾਂ ਆਪਾਂ ਪੜ੍ਹਦੇ ਹਾਂ ਮੇਰਾ ਗਾਓਂ ਮੇਰੇ ਗਾਓਂ ਕਾ ਨਾਮ ਇੱਥੇ ਡੈਸ਼ 'ਚ ਆਪਣਾ ਨਾਮ ਲਿਖਿਓ ਇਹ ਮੁੱਖ ਸੜਕ ਪਰ ਸਥਿਤ ਹੈ ਏਕ ਸਮੇਂ ਐਸਾ ਥਾ ਜਬ ਵਹਿ ਗਾਓਂ ਪੂਰੀ ਤਰ੍ਹਾਂ ਸੇ ਪਿਛੜਾ ਹੁਆ ਥਾ ਲੇਕਿਨ ਭਾਰਤ ਸਰਕਾਰ ਕੇ ਮੋਡਲ ਗ੍ਰਾਮ ਯੋਜਨਾ ਮੇਂ ਜਬ ਇਹ ਗ੍ਰਾਮ ਆਇਆ ਤੋ ਤਬ ਉਹਨੇ ਬੜੀ ਉੱਨਤੀ ਕੀ ਮੁੱਖ ਰੋਡ ਪਰ ਇਸਕੀ ਪਹੁੰਚ ਮਾਰਗ ਕਾ ਬੋਰਡ ਲਗਾ ਹੁਆ ਹੈ ਔਰ ਉਸ ਪਰ ਲਿਖਾ ਹੁਆ ਹੈ ਕਿ ਇਹ ਗਾਓਂ ਸੜਕ ਕੇ 1.5 ਕਿਲੋਮੀਟਰ ਕੀ ਦੂਰੀ ਪਰ ਹੈ ਗਾਓਂ ਤੱਕ ਪੱਕੀ ਸੜਕ ਬਣੀ ਹੋਈ ਹੈ ਗਾਓਂ ਕੀ ਠੀਕ ਸੀਮਾ ਪਰ ਇੱਕ ਬੜਾ ਗੇਟ ਬਣਾ ਹੁਆ ਹੈ ਜਿਸ ਪਰ ਗਾਓਂ ਕਾ ਨਾਮ ਲਿਖਾ ਹੁਆ ਹੈ ਗਾਓਂ ਮੇਂ ਕਹੀਂ ਵੀ ਕੋਈ ਕੱਚੀ ਸੜਕ ਨਹੀਂ ਹੈ ਗਲੀਆਂ ਤੱਕ ਪੱਕੀ ਹੈ ਮੁੱਖ ਰੋਡ ਸੇ ਲੇਕਰ ਗਾਓਂ ਤੱਕ ਪ੍ਰਕਾਸ਼ ਕਾ ਅੱਛਾ ਪ੍ਰਬੰਧ ਹੈ ਠੀਕ ਹੈ ਇੱਦਾਂ ਕਰਕੇ ਤੁਸੀਂ ਸਾਰਾ ਲਿਖਣਾ ਹੈ ਕਿ ਗਾਓਂ ਕਾ ਤਲਾਬ ਅਬ ਪੱਕੇ ਤਰਨ ਤਾਲ ਬਣ ਚੁੱਕਾ ਹੈ ਗਾਓਂ ਮੇਂ ਇੱਕ ਛੋਟਾ ਜਿਹਾ ਹਸਪਤਾਲ ਹੈ ਇਹ ਦੰਤ ਚਿਕਿਤਸਾ ਜੱਚਾ ਬੱਚਾ ਚਿਕਿਤਸਾ ਸਮਾਨਿਆ ਰੋਗੋ ਕੀ ਚਿਕਿਤਸਾ ਕਾ ਵੀ ਪ੍ਰਬੰਧ ਕਰਤਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਆਪਣੇ ਗਾਓਂ ਦੇ ਬਾਰੇ ਲਿਖਣਾ ਹੈ ਮੇਲਾ ਹੈ ਸਕੂਲ ਹੈ ਗਾਰਡਨ ਹੈ ਠੀਕ ਹੈ ਸਾਰਾ ਕੁਛ ਲਿਖਣਾ ਹੈ ਇਹ ਬਹੁਤ ਇੰਪੋਰਟੈਂਟ ਪੇਪਰ ਸੀਗਾ ਤੁਹਾਡਾ 6th ਕਲਾਸ ਵਾਲਿਆਂ ਦਾ ਹਿੰਦੀ ਦਾ ਅਗਰ ਚੈਨਲ 'ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ